ਪੰਜਾਬੀ ਦੀ ਸਿਖਲਾਈ ਲੈ ਰਹੇ ਸਾਰੇ ਹੀ ਵਿਦਿਆਰਥੀਆਂ ਦਾ YouTube ਚੈਨਲ Learn with Harwinder Sir ਵਿੱਚ ਬਹੁਤ-ਬਹੁਤ ਸਵਾਗਤ ਹੈ ਤੇ ਇਸ ਵੀਡੀਓ ਵਿੱਚ ਅਸੀਂ ਕਰਾਂਗੇ ਪੰਜਾਬੀ ਜਮਾਤ 7ਵੀਂ ਦਾ ਜਿਹੜਾ ਬਾਈ ਮੰਥਲੀ ਟੈਸਟ ਹੋਣਾ ਹੈ ਜੁਲਾਈ 2023 ਵਿੱਚ ਉਸ ਦਾ ਨਮੂਨਾ ਪ੍ਰਸ਼ਨ ਪੱਤਰ ਸੈਂਪਲ ਕੁਐਸਚਨ ਪੇਪਰ ਆਓ ਅਸੀਂ ਹੁਣ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਸਾਨੂੰ ਬਹੁ ਵਿਕਲਪੀ ਪ੍ਰਸ਼ਨ ਦਿੱਤੇ ਹੋਣੇ ਹਨ ਇਸ ਵਿੱਚ ਪਹਿਲਾ ਪ੍ਰਸ਼ਨ ਹੈ ਮਨਜਾੜਾ ਕਵਿਤਾ ਵਿੱਚ ਕਵੀ ਕੀ ਸੰਦੇਸ਼ ਦੇਂਦਾ ਹੈ অপਸ਼ਨਸ ਹਨ ਵੰਡਣ ਦਾ گاਉਂ ਦਾ ਦੂਰ ਭੱਜਣ ਦਾ ਜਾਂ ਇਕ ਹੋਣ ਦਾ ਤੇ ਇਸ ਦਾ ਉੱਤਰ ਹੈ ਇਕ ਹੋਣ ਦਾ ਮੋਤੀ ਦੀ ਮਾਂ ਦਾ ਕੀ ਨਾਂ ਸੀ ਆਪਸ਼ਨ ਸਨ ਸੋਨੀ ਰੂਬੀ ਪੱਪੀ ਜਾਂ ਲੀਜ਼ਾ ਤੇ ਜ਼ਾ ਉੱਤਰ ਹੈ ਪੱਪੀ ਸੁਰਿੰਦਰ ਕੌਰ ਦਾ ਜਨਮ ਕਦੋਂ ਹੋਇਆ 25 ਮਾਰਚ 1930 25 ਮਈ 1931 25 ਨਵੰਬਰ 1929 ਜਾਂ 25 ਅਗਸਤ 1928 ਤੇ ਜ਼ਾ ਉੱਤਰ ਹੈ 25 ਨਵੰਬਰ 1929 ਪਾਠ ਪੂਜਾ ਸਮੇਂ ਘੜੇ ਦੇ ਪਾਣੀ ਨੂੰ ਕੀ ਕਹਿੰਦੇ ਹਨ ਆਪਸ਼ਨਸ ਹਨ ਪਵਿੱਤਰ ਜਲ ਕੁੰਭ ਦਾ ਜਲ ਪਾਣੀ ਜਾਂ ਨਿਰਮਲ ਜਲ ਤੇ ਇਸ ਦਾ ਉੱਤਰ ਹੈ ਕੁੰਭ ਦਾ ਜਲ मां अपनी औलाद ਲਈ ਕੀ ਕੀ ਕਰਦੀ ਹੈ ਕੁਝ ਨਹੀਂ ਕਰਦੀ ਭੁੱਖੀ ਰਹਿੰਦੀ ਹੈ ਗੁਰੂਆਂ ਪੀਰਾਂ ਤੇ ਦੇਵੀ ਦੇਵਤੇ ਅੱਗੇ ਮੰਨਤਾ ਮੰਗਦੀ ਹੈ ਜਾਂ ਜਾਂ ਉਪਰੋਖ ਸਾਰੇ ਹੀ ਤੇ ਇਸਦਾ ਉੱਤਰ ਹੈ ਗੁਰੂਆਂ ਪੀਰਾਂ ਤੇ ਦੇਵ ਵੀ ਦੇਵਤੇ ਅੱਗੇ ਮੰਨਤਾ ਮੰਗਦੀ ਹੈ ਅਗਲਾ ਪ੍ਰਸ਼ਨ ਪਿਆਰਾ ਸਿੰਘ ਸਵੇਰੇ ਕਿੰਨੇ ਵਜੇ ਉੱਠਦਾ ਸੀ 4 ਵਜੇ 5 ਵਜੇ 6 ਵਜੇ ਜਾਂ 7 ਵਜੇ ਇਸਦਾ ਉੱਤਰ ਹੈ 4 ਵਜੇ ਜਿਹੜਾ ਸ਼ਬਦ ਨਾਉ ਦਿੱਤਾ ਹਾਂ ਵਰਤਿਆ ਜਾਵੇ ਕੀ ਅਖਮਾਉਂਦਾ ਹੈ ਪਰ ਨਾਉ ਕਿਰਿਆ ਵਿਸ਼ੇਸ਼ਣ ਹੈ ਯੋਜਕ ਤੇ ਜ਼ਵਤਰ ਪੜਨਾ ਤੂੰ ਕਿੱਥੇ ਜਾ ਰਿਹਾ ਹੈ ਵਾਕ ਦੇ ਅੰਤ ਵਿੱਚ ਕਿਹੜਾ ਵਿਸਰਾਮ ਚਿੰਨ ਲੱਗੂਗਾ ਕੋਮਾ ਪ੍ਰਸ਼ਨ ਚਿੰਨ ਡੰਡੀ ਜਾਂ ਡੈਸ਼ ਤੇ ਜ਼ਵਤਰ ਪ੍ਰਸ਼ਨ ਚਿੰਨ ਕਿਉਂਕਿ ਪ੍ਰਸ਼ਨ ਪੁੱਛਿਆ ਗਿਆ ਹੈ ਇਸ ਤੋਂ ਬਾਅਦ ਹੈ ਪਾ ਗੈੜਾ 6 ਵਿੱਚੋਂ ਕੋਈ ਵੀ ਚਾਰ ਪ੍ਰਸ਼ਨ ਕਰਨੇ ਹਨ 2 ਮਾਰਕਸ ਕੁਐਸਚਨ ਹਨ ਤੇ ਇਸ ਵਿੱਚ ਪਹਿਲਾ ਪ੍ਰਸ਼ਨ ਹੈ ਗੀਤ ਅਨੁਸਾਰ ਨਫ਼ਰਤ ਮਨੁੱਖ ਲਈ ਕਿਵੇਂ ਨੁਕਸਾਨਦਾਇਕ ਹੈ ਦੇ ਜ਼ਵਤਰ ਗੀਤ ਅਨੁਸਾਰ ਨਫ਼ਰਤ ਮਨੁੱਖ ਨੂੰ ਖੁੱਲ ਕੇ ਹੱਸਣ ਸੌਣ ਤੇ ਰੋਣ ਵੀ ਨਹੀਂ ਦਿੰਦੀ ਇਸ ਤਰ੍ਹਾਂ ਮਨੁੱਖ ਨੂੰ ਬਹੁਤ ਦੁੱਖ ਦਿੰਦੀ ਹੈ ਮੋਤੀ ਵਿੱਚ ਕਿਹੜੇ-ਕਿਹੜੇ ਗੁਣ ਸਨ ਮੋਤੀ ਵਿੱਚ ਬਹੁਤ ਸਾਰੇ ਗੁਣ ਸਨ ਉਹ ਕਰਦੀ ਰੱਖੀ ਕਰਦਾ ਸੀ ਦੂਰ ਸੁੱਟੀ ਚੀਜ਼ ਨੂੰ ਚੁੱਕ ਲੈਂਦਾ ਸੀ ਸਿੱਟ ਡਾਊਨ ਕੈਂਡ ਤੇ ਬੈਠ ਜਾਂਦਾ ਸੀ ਉਹ ਵਫਾਦਾਰ ਹੋਣ ਦੇ ਨਾਂ ਨਾਲ ਕਰਦੇ ਕੰਮਾਂ ਵਿੱਚ ਮਦਦ ਕਰਦਾ ਸੀ ਸੁਰਿੰਦਰ ਕੌਰ ਨੇ ਆਪਣੀ ਗਾਇਕੀ ਬਾਰੇ ਆਪ ਕੀ ਦੱਸਿਆ ਸੁਰਿੰਦਰ ਕੌਰ ਨੇ ਦੱਸਿਆ ਕਿ ਗਾਉਣ ਦਾ ਸ਼ੌਕ ਉਸ ਨੂੰ ਬਚਪਨ ਤੋਂ ਹੀ ਸੀ ਰੱਬ ਨੇ ਉਸ ਨੂੰ ਇਹ ਸ਼ੌਂਕ ਲਾਇਆ ਅਤੇ ਉਸ ਦੀ ਕਿਰਪਾ ਨਾਲ ਇਹ ਸ਼ੌਕ ਪੂਰਾ ਹੋਇਆ ਅਤੇ ਹੁੰਦਾ ਰਹੇਗਾ ਮਨੁੱਖੀ ਸਰੀਰ ਕਿਹੜੇ ਪੰਜ ਤੱਤਾਂ ਦਾ ਬਣਿਆ ਹੈ ਅਤੇ ਇਹ ਤੱਤ ਕੜੇ ਵਿੱਚ ਕਿਵੇਂ ਸਮਾਏ ਹੋਏ ਹਨ ਇਸ ਦਾ ਉੱਤਰ ਹੈ ਮਨੁੱਖੀ ਸਰੀਰ ਮਿੱਟੀ ਪਾਣੀ ਹਵਾ ਅਗਨੀ ਅਤੇ ਆਕਾਸ਼ ਦਾ ਬਣਿਆ ਹੋਇਆ ਹੈ ਕਾਰੀਗਰ ਮਿੱਟੀ ਨੂੰ ਪਾਣੀ ਵਿੱਚ ਗੁੰਨ ਕੇ ਖੁੱਲੇ ਆਕਾਸ਼ ਹੇਠ ਚੱਕ ਉੱਤੇ ਮੋੜਦੇ ਹਿਲੋਰੀਆਂ ਨਾਲ ਕੜੇ ਨੂੰ ਤਿਆਰ ਕਰਕੇ ਅੱਗ ਨਾਲ ਪਕਾਉਂਦਾ ਹੈ ਇਸ ਤਰ੍ਹਾਂ ਪੰਜ ਤੱਤ ਕੜੇ ਵਿੱਚ ਮੌਜੂਦ ਹਨ ਮੈਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਿਵੇਂ ਕਰਦੀ ਹਾਂ ਮੈਂ ਆਪਣੇ ਬੱਚੇ ਦਾ ਪਾਲਣ ਪੋਸ਼ਣ ਰੀਚਲ ਤੇ ਲਾਡ ਪਿਆਰ ਨਾਲ ਕਰਦੀ ਹੈ ਤੇ ਉਸ ਦੀ ਸਨਮਤੀ ਲਈ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੀ ਹੈ। ਪਾਣੀ ਦੇ ਕਟਨ ਨੂੰ ਪੂਰਾ ਕਰਨ ਬਾਰੇ ਪਿਆਰਾ ਸਿੰਘ ਦੇ ਕੀ ਵਿਚਾਰ ਸਨ? ਪਿਆਰਾ ਸਿੰਘ ਦਾ ਵਿਚਾਰ ਸੀ ਕਿ ਜੇਕਰ ਰੁੱਖ ਬੂਟੇ ਲਾ ਕੇ ਕਿਸਾਨ ਧਰਤੀ ਨੂੰ ਹਰਾ ਭਰਾ ਰੱਖਣ ਤਾਂ ਪਾਣੀ ਦੀ ਲੋੜ ਆਪਣੇ ਆਪ ਪੂਰੀ ਹੋ ਜਾਵੇਗੀ। ਤੇ ਇਹ ਤੇ ਸੀਗਾ ਭਾਗ ਐਡਾ ਤੇ ਹੁਣ ਅਸੀਂ ਕਰਾਂਗੇ ਤੀਜਾ ਭਾਗ ਪਾਗੇੜੀ ਤੇ ਇਸ ਵਿੱਚ ਦੋ ਵਿੱਚੋਂ ਕੋਈ ਵੀ ਇੱਕ ਪ੍ਰਸ਼ਨ ਕਰਨਾ ਹੈ 4 ਮਾਰਕਸ ਕੁਐਸਚਨ ਹੈ। ਤੇ ਤੈਸਾਂ ਨੂੰ ਦਿੱਤੇ ਗਏ ਹਨ ਆਪਣੇ ਪਿੰਡ ਦੇ ਸਰਪੰਚ ਨੂੰ ਮਹੌਲੇ ਦੀ ਸਫਾਈ ਅਤੇ ਗੰਦੇ ਪਾਣੀ ਦੇ ਪ੍ਰਬੰਧ ਨੂੰ ਸੁਧਾਰਨ ਲਈ ਬਿਨੈ ਪੱਤਰ ਲਿਖੋ ਜਾਂ ਖਾਣ-ਪੀਣ ਦੀਆਂ ਵਸਤਾਂ ਵਿੱਚ ਵੱਧ ਰਹੀ ਮਿਲਾਵਟ ਬਾਰੇ ਸਿਹਤ ਅਧਿਕਾਰੀ ਨੂੰ ਪੱਤਰ ਲਿਖੋ ਤੇ ਦੋਹਾਂ ਵਿੱਚੋਂ ਤੁਸੀਂ ਕੋਈ ਵਿਕਲਪ ਕਰ ਸਕਦੇ ਹੋ